ਸਸ਼ੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਸਾਥੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਪੰਡੋਰਾ ਪੇਪਰਸ ਬਾਰੇ ਸਾਰੀ ਦੁਨੀਆ ਦੇ ਵਿੱਚ ਇੱਕ ਸੰਸਨੀ ਫੈਲੀ ਹੋਈ ਆ ਕਿ ਪੰਡੋਰਾ ਪੇਪਰਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਲੀਕ ਹੋਈ ਆ ਬਹੁਤ ਜ਼ਿਆਦਾ ਵੱਡੀ ਆ ਦੁਨੀਆ ਦੇ ਲਗਭਗ ਜਿਹੜੇ 91 ਦੇਸ਼ ਨੇ ਉਸ ਇਸ ਲਿਸਟ ਦੀ ਸੂਚੀ ਦੇ ਵਿੱਚ ਸ਼ਾਮਲ ਨੇ ਜਿਵੇਂ ਆਪਾਂ ਇੰਡੀਆ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਕਾਲਾ ਤੰ ਸਵਿਟਸ ਬੈਂਕਾਂ ਦੇ ਵਿੱਚ ਚਮਕ ਕੀਤਾ ਹੋਇਆ ਬਟ ਜਿਹੜੇ ਪੰਡੋਰਾ ਪੇਪਰਸ ਦੇ ਵਿੱਚ ਇਨਫੋਰਮੇਸ਼ਨ ਲੀਕ ਹੋਈ ਆ ਵੱਡੇ ਲੋਕਾਂ ਨੇ ਪੂੰਜੀਪਤੀ ਲੋਕਾਂ ਨੇ ਲੂਪ ਹੋਲਸ ਤਰੀਕੇ ਲੱਭ ਕੇ ਇੱਕ ਸ਼ੈਡੋ ਕੰਪਨੀਆਂਜ਼ ਬਣਾ ਕੇ ਤੇ ਉਹਨਾਂ ਦੇ ਵਿੱਚ ਟੈਕਸ ਨੂੰ ਅਵੋਇਡ ਕਰਨ ਦੇ ਲਈ ਆਪਣਾ ਪੈਸਾ ਰੱਖਿਆ ਹੋਇਆ trillions of money ਆ ਜਿਹੜੀ trillions of usd ਮਣੀ ਹੈਗੀ ਜਿਹੜੀ ਉਹ ਇਨਾਂ ਅਕਾਊਂਟਸ ਦੇ ਵਿੱਚ ਪਈ ਆ ਇਸ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਅਰਾਊਂਡ ਦੀ ਵਰਲਡ ਹੁਣ ਲੀਕ ਹੋ ਚੁੱਕੀ ਆ ਤੁਸੀਂ ਵੀ ਦੇਖ ਸਕਦੇ ਹੋ ਇੰਡੀਆ ਦੇ ਵੀ ਕਾਫੀ ਨਾਮ ਨੇ ਆ ਪੋਲੀਟੀਸ਼ੀਅਨਸ ਬਹੁਤ ਨੇ ਬਿਜ਼ਨੈਸਮੈਨਸ ਨੇ ਸਪੋਰਟਸਮੈਨਸ ਨੇ ਸੋ ਜਿਹੜਾ ਡਾਟਾ ਲੀਕ ਹੋਇਆ ਹੈਗਾ ਆਲਮੋਸਟ 12 ਮਿਲੀਅਨ ਫਾਈਲਸ 13 ਆ ਟ੍ਰਿਲੀਅਨ ਜਿਹੜਾ ਹੈਗਾ ਉਹ ਮਨੀ ਜਿਹੜਾ ਸਟਕ ਹੈਗਾ ਬਿਲੀਅਨਸ ਆਫ ਡਾਲਰ ਟੈਕਸ ਲੋਕਾਂ ਨੇ ਅਵੋਇਡ ਕੀਤਾ ਤੇ 2.94 ਟੈਰਾਬਾਈਟ ਜਿਹੜਾ ਡਾਟਾ ਹੈਗਾ ਈਮੇਲਸ ਜਾਂ ਕਹਿ ਲਓ ਹੋਰ ਫਾਈਲਸ ਸੌਫਟ ਕਾਪੀ ਜਿਹੜੀਆਂ ਮਿਲੀਆਂ ਹੈਗੀਆਂ ਸੋ ਬਹੁਤ ਵੱਡੀ ਇਨਫੋਰਮੇਸ਼ਨ ਹੈ 91 ਦੇਸ਼ਾਂ ਦੇ ਵਿੱਚ ਇੰਨੀ ਜ਼ਿਆਦਾ ਵੱਡਾ ਸਕੈਂਡਲ ਹੈ ਜਿਹੜਾ ਉਹ ਫੈਲਿਆ ਹੋਇਆ ਸੀਗਾ ਅੱਗੇ ਇਸ ਦੀ ਇਨਫੋਰਮੇਸ਼ਨ ਦਾ ਨਾਲ ਸਾਂਝੀ ਕਰਦੇ ਰਵਾਂਗੇ ਜਿਵੇਂ ਜਿਵੇਂ ਸਾਨੂੰ ਮਿਲਦੀ ਰਹੇਗੀ ਤਦ ਤੱਕ ਲਈ ਧੰਨਵਾਦ